ਅੱਜ ਸਾਡੇ ਪੇਂਟ ਦਾ ਕੰਮ ਚੱਲ ਰਿਹਾ ਜੀ। ਇਹ ਇਧਰ ਦੇਖੋ ਮਾਰ ਦੇਗਾ ਇਧਰ ਸਾਈਡ ਨੂੰ। ਹਾਂ ਹਾਂ ਬਸ ਐਸੀ ਪੇਂਟਰ ਅੱਜ ਹੋ ਜਾਏਗਾ ਕੰਮ। ਹੋ ਜਾਏਗਾ ਅੱਜ ਕੰਮ ਕਰ ਰਹਾ ਹਾਂ ਆਂਟੀ ਦੇਖੋ। ਹੋਰ ਬੜੀਆ ਅੱਛਾ ਅੱਛਾ ਕਰਨਾ। ਤੇ ਕਹਾਂ ਸੇ ਬਿਹਾਰ ਸੇ ਕਿ ਯੂਪੀ ਕੇ? ਯੂਪੀ ਕੇ। ਅੱਛਾ चलो बढ़िया काम चलते ही रहता है आपका है ना। बहुत अच्छा काम करता है। की नाम है तेरा? सुभाष। सुभाष बहुत अच्छा काम करता जी। हम साढ़े अज पेंट का काम करना है ने। देखो लगे हुए काम कर कितनी मेहनत। कितने साल से काम कर रहे हैं? 15-16 साल हो गए जी काम करदे नूं। बड़ा वधिया काम करता है। होर दुकाने जी उधर मिस्त्री कर रहे काम। उन्होंने भी दुकाने कारपेंटर लगे हुए। ਫੁਲਾਰੇ ਪਏ ਹੋਏ ਜੀ। ਦੇਖੋ ਸਾਡਾ ਸਮਾਨ ਕਿੱਦਾਂ ਖਿਲਰਿਆ ਪਿਆ। ਇਹ ਕਾਰਪੇਂਟਰ ਅਤੇ ਪੇਂਟਰ ਦੋ ਤਰ੍ਹਾਂ ਦੇ ਮਿਸਤਰੀ ਸਾਡੇ ਘਰ ਲੱਗੇ ਹੋਏ ਆ। ਅਤੇ ਇਹ ਸਾਰਾ ਸਮਾਨ ਖਿਲਰਿਆ ਪਿਆ। ਅਤੇ ਬਹੁਤ ਹੀ ਬਿਜੀ ਕੰਮ ਹੁੰਦਾ ਜਦੋਂ ਤੁਸੀਂ ਕੋਈ ਰੈਨੋਵੇਸ਼ਨ ਕਰਾਉਣੀ ਹੋਵੇ। ਆਹ ਦੇਖੋ ਆ ਵੀ ਹੈ ਜੀ ਸਾਡਾ ਬੋਕਸ ਅਧੂਰਾ। ਅਤੇ ਕਿਚਨ ਦਾ ਸਾਡਾ ਕੰਮ ਕਰਤਾ ਜੀ ਥੋੜ੍ਹਾ। ਅਤੇ ਬਾਕੀ ਅਜੇ ਥੋੜ੍ਹਾ ਥੋੜ੍ਹਾ ਚੱਲੀ ਵੀ ਜਾਂਦਾ। ਅਤੇ ਬਾਕੀ ਕੰਮ ਬਹੁਤ ਹੋ ਜਾਂਦੇ ਜੀ। ਸੁਬਹ ਤੋਂ ਬਿਜੀ ਹੋ ਕੇ ਸ਼ਾਮ ਦੇ 9 ਵਜੇ ਤੱਕ ਕੰਮ ਹੀ ਕੰਮ ਚੱਲੀ ਜਾਂਦੇ ਆ। ਅਤੇ ਦੇਖੋ ਪ੍ਰਿੰਟਰ ਕਿੰਨਾ ਲੱਗ ਰਿਹਾ ਕੰਮ ਕਰਨ। ਅੱਜ ਸ਼ਾਮ ਤੱਕ ਪ੍ਰਿੰਟਰ ਵੀ ਲੱਗਿਆ ਰਹੇਗਾ ਅਤੇ ਮਿਸਤਰੀ ਵੀ ਲੱਗੇ ਰਹਿਣਗੇ। ਦੋਨੇ ਜਾਣੇ ਕੰਮ ਕਰੀ ਜਾਣਗੇ ਅਤੇ ਅਸੀਂ ਬਿਜੀ ਹਾਂ। ਅਤੇ ਇਸ ਤਰ੍ਹਾਂ ਜਦੋਂ ਕੋਈ ਕੰਮ ਘਰ 'ਚ ਸ਼ੁਰੂ ਕਰ ਲਓ ਤਾਂ ਬਹੁਤ ਬਿਜੀ ਹੋ ਜਾਈਦਾ। ਅਤੇ ਸਾਰਾ ਸਮਾਨ ਕੱਢਣਾ ਪੈਂਦਾ। ਤੇ ਸਾਰਾ ਸਮਾਨ ਕੱਢ ਕੇ ਵੈਸੇ ਤਾਂ ਦੀਵਾਲੀ ਕਰਕੇ ਸਫਾਈ ਵੀ ਹੋ ਜਾਂਦੀ ਆ। ਖਾਲੀ ਕਰਨ ਦੇ ਨਾਲ ਫਾਇਦਾ ਹੀ ਆ। ਜਿਵੇਂ ਹੁਣ ਆਪਾਂ ਖਾਲੀ ਕੀਤਾ ਇੱਕ ਵਾਰੀ ਸਫਾਈ ਹੋ ਜਾਏਗੀ। ਕਿੰਨੇ ਸਾਲ ਬਾਅਦ ਬੰਦਾ ਕਰਦਾ ਪੇਂਟ ਅੱਛਾ ਲੱਗਦਾ ਨਾ। ਅਤੇ ਜਦੋਂ ਆਪਾਂ ਇਹਨੂੰ ਖਾਲੀ ਕਰਕੇ ਪੇਂਟ ਕਰ ਦੇਵਾਂਗੇ ਸਾਰਾ ਸਾਫ਼ ਹੋ ਜਾਏਗਾ। ਕੱਪੜੇ ਰੱਖੋਗੇ ਤਾਂ ਤੁਹਾਨੂੰ ਵਿੱਚੋਂ ਫਰੈਸ਼ ਫੀਲ ਹੋਏਗਾ। ਕੱਪੜੇ ਵੀ ਫਰੈਸ਼ ਰਹਿਣਗੇ। ਸੋ ਸਾਰਿਆਂ ਨੂੰ ਦੀਵਾਲੀ 'ਤੇ ਸਫਾਈ ਕਰ ਲੈਣੀ ਚਾਹੀਦੀ ਜੀ। ਕਿਉਂਕਿ ਅਸੀਂ ਕਈ ਚੀਜ਼ਾਂ ਰੱਖ ਕੇ ਭੁੱਲ ਜਾਂਦੇ ਹਾਂ। ਸਾਡੇ ਦਿਮਾਗ 'ਚ ਹੀ ਨਹੀਂ ਰਹਿੰਦੀਆਂ ਕਿ ਕਿਹੜੇ ਕੱਪੜੇ ਕਿੱਥੇ ਪਏ ਆ। ਜਦੋਂ ਅਸੀਂ ਸਫਾਈ ਕਰਦੇ ਹਾਂ ਤਾਂ ਉਹ ਹੇਠੋਂ ਨਿਕਲੇ ਆਉਂਦੇ ਜਿਹੜੇ ਅਸੀਂ ਭੁੱਲੇ ਹੁੰਦੇ ਹਾਂ ਕੱਪੜੇ। ਇਸ ਕਰਕੇ ਜ਼ਰੂਰੀ ਆ ਜੀ ਸਫਾਈ। ਅਤੇ ਰੱਖੀਆਂ ਹੋਈਆਂ ਚੀਜ਼ਾਂ ਸਾਨੂੰ ਯਾਦ ਆ ਜਾਂਦੀਆਂ। ਕਈ ਚੀਜ਼ਾਂ ਇਸ ਤਰ੍ਹਾਂ ਹੁੰਦੀਆਂ ਕਿ ਸਾਨੂੰ ਬਿਲਕੁਲ ਯਾਦ ਨਹੀਂ ਹੁੰਦੀਆਂ। ਅਤੇ ਸੋ ਇਸ ਤਰ੍ਹਾਂ ਕਰਕੇ ਬਹੁਤ ਬਿਜੀ ਹੋ ਜਾਂਦਾ ਸ਼ਡਿਊਲ ਆ। ਦੇਖੋ ਜੀ ਕੱਪੜੇ ਸਾਰੇ ਢੱਕੇ ਹੋਏ ਆ ਕਿਉਂਕਿ ਕਾਰਪੈਂਟਰ ਨੇ ਕੰਮ ਕਰਨਾ। ਅਤੇ ਉਹਦੇ ਕਰਕੇ ਫਿਰ ਡਸਟ ਵੀ ਪਏਗੀ। ਅਤੇ ਫਿਰ ਅੱਜ ਅਸੀਂ ਹੁਣ ਸੁਬਹਾ ਤੋਂ ਸ਼ਾਮ ਤੱਕ ਬੀਜੀ ਹਾਂ। 1 ਲੀਟਰ ਸੀਗਾ ਨਾ ਅਤੇ ਅੱਧਾ ਲੀਟਰ ਇੱਧਰ ਪ੍ਰਾਈਮਰ ਅੱਧਾ ਲੀਟਰ ਇਸ ਕਵਰਡ ਮੇਂ ਆਦਾ ਉੱਪਰ ਲੱਗ ਜੀ। ਹਾਂ ਉਹ ਤਾਂ ਵੀ 1 ਲੀਟਰ ਮੰਗਾਇਆ। ਹਾਂ ਕੰਮ ਹੀ ਤਾਂ ਬਰਾਬਰ ਹੀ ਹੈ ਦੋਨੋਂ ਦਾ। ਚਲੋ ਜੀ ਮਿਲਦੇ ਹਾਂ ਅਗਲੀ ਵੀਡੀਓ 'ਚ। ਤਦ ਤੱਕ ਜੀ ਦੇ ਰਹੋ, ਹੱਸਦੇ ਰਹੋ, ਖੁਸ਼ ਰਹੋ।